ਯਾਰ ਦੇਣ ਤੇ ਮਾਂ ਹੀ ਤੁੱਲ ਜਾਵੇ ਤੇ ਫਿਰ ਉਹਨੂੰ ਕੌਣ ਬਚਾ ਸਕਦਾ। ਪ੍ਰੂਫ ਖਤਮ ਕਰਨ ਲਈ ਇਹ ਪਿਓ ਪੁੱਤ ਤੇ ਆਪ ਲੱਗੇ ਰਹੇ ਆਪਣੇ ਰਾਜ ਦੇ ਵਿੱਚ, ਜਿਨ੍ਹਾਂ ਨੇ ਪ੍ਰੂਫ ਬਣਾਉਣੇ ਸੀ, ਜਿਨ੍ਹਾਂ ਨੇ ਸੰਭਾਲਣੇ ਸੀ, ਜਿਨ੍ਹਾਂ ਨੇ ਸੇਵ ਕਰਕੇ ਕੇਸ ਬਣਾਉਣਾ ਸੀ। ਤੋ ਕੇਸ ਪ੍ਰੂਫ ਜਿਹੜੇ ਆ ਕਰਨ ਦੀ ਬਜਾਏ ਪ੍ਰੂਫ ਖਤਮ ਕਰਨ 'ਚ ਲੱਗੇ ਰਹੇ। ਇਹਨਾਂ ਦਾ ਪਿਓ ਪੁੱਤਾਂ ਨੂੰ ਸ਼ਰਮ ਨਹੀਂ ਆਉਂਦੀ। ਇਹਨਾਂ ਨੇ 50 ਸਾਲ ਤੋਂ ਇਸ ਟੱਬਰ ਨੇ ਗੁਰੂ ਘਰ ਦਾ ਖਾਧਾ ਅਤੇ ਗਿੱਧਾ ਪਾਇਆ ਰਾਮ ਰਹੀਮ ਵਰਗਿਆਂ ਦੀਆਂ ਦੁਕਾਨਾਂ 'ਤੇ ਜਾ ਕੇ। ਜਿਹੜੀ ਅਣਪਛਾਤੀ ਪੁਲਿਸ ਜਿਹੜੀ ਮਾਰ ਗਈ, ਇੱਕ CM ਨੂੰ ਸ਼ਰਮ ਆਉਣੀ ਚਾਹੀਦੀ ਕਹਿੰਦਿਆਂ ਨੂੰ। ਇੱਕ ਥਾਣੇ ਦਾ ਮੁਨਸੀ ਨਹੀਂ ਇਹ ਗੱਲ ਕਹਿ ਸਕਦਾ। ਥਾਣੇ ਦੇ ਮੁਨਸੀ ਨੂੰ ਪਤਾ ਹੈ ਕਿ ਜਿੰਨੇ ਜਵਾਨ ਗਏ ਉਹਨਾਂ ਨੂੰ ਕਿਹੜੀ ਰਾਈਫਲ ਦਿੱਤੀ ਗਈ, ਗੋਲੀਆਂ ਕਿੰਨੀਆਂ ਦਿੱਤੀਆਂ। ਕਿਉਂ ਗੁਰੂ ਦੇ ਸਿਧਾਂਤ ਦਾ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਪਰਿਵਾਰ ਆ, ਇਹਨੂੰ ਇਸ ਫੀਲਡ 'ਚੋਂ ਬਾਹਰ ਕਰ ਦਿਓ ਰੱਬ ਦਾ ਵਾਸਤਾ। ਤੋ ਇਹ ਇਸ ਬੰਦੇ ਨੇ ਅਕਾਲੀ ਦਲ ਨੂੰ ਅਤੇ ਉਹਦੇ ਇਤਿਹਾਸ ਨੂੰ ਖਾ ਗਿਆ। ਅਕਾਲੀ ਦਲ ਦਾ ਇਤਿਹਾਸ ਪੂਜਣ ਯੋਗ ਆ, ਲੇਕਿਨ ਅਕਾਲੀ ਦਲ ਦੇ ਇਤਿਹਾਸ 'ਤੇ ਕਬਜ਼ਾ ਕਰਕੇ ਉਸ ਅਕਾਲੀ ਦਲ ਦੀ ਬੱਸ 'ਚ ਬਹਿ ਕੇ ਡਰਾਈਵਰ ਬਣ ਜੇ ਬਾਦਲ, ਇਹ ਰਾਮ ਰਹੀਮ ਦੇ ਡੇਰੇ ਵਾੜਦੇ, ਇਹਦੇ ਨੂਰਮੇਲੀਏ ਦੇ ਡੇਰੇ ਵਾੜਦੇ, ਇਹਨੂੰ ਕੌਣ ਰੋਕ ਸਕਦਾ। ਇਹ ਸਰਸੇ ਨੇ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ। ਸਿੱਖਾਂ ਦੀ ਜੇ ਕੋਈ ਪਹਿਚਾਣ ਹੈ ਤਾਂ ਅਣਖ ਨਾਲ ਜ਼ਿੰਦਗੀ ਹੈ। ਤੋ ਗੁਰੂ ਸਾਹਿਬ ਦਾ ਵੀ ਸਾਨੂੰ ਇਹੀ ਹੁਕਮ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਇਹ ਸਿਰਸੇ ਨੇ ਕੌਮ ਨਾਲ ਪੱਦਾ ਮਜ਼ਾਕ ਕੀਤਾ ਹੈ, ਅਤੇ ਪੱਦਾ ਇਸ ਕਰਕੇ ਕੀਤਾ ਕਿਉਂਕਿ ਇਹਦਾ ਜਿਹੜਾ ਆਕਾ ਹੈ ਪ੍ਰਕਾਸ਼ ਸਿੰਘ ਬਾਦਲ, ਉਹਦਾ ਮੁੰਡਾ ਜਾਂ ਉਹਦਾ ਹੋਰ ਖਣਵਾਦਾ, ਉਹਨਾਂ ਨੂੰ ਗੁਰਮਤ ਦਾ ਗਿਆਨ ਹੀ ਨਹੀਂ। ਇਹ ਧਰੋਹ ਆ ਸਾਡੀ ਕੌਮ ਦੇ ਨਾਲ, ਅਤੇ ਧਰੋਹ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਮੁੰਡਾ। ਜਗਬਾਣੀ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਜੱਸੋਵਾਲ ਸਵਾਗਤ ਕਰਦਾ। ਅਕਸਰ ਇਹ ਗੱਲ ਸਾਹਮਣੇ ਆਉਂਦੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਰਹਿ ਗਈਆਂ ਸੀ, ਲੇਕਿਨ ਸਮੇਂ ਸਮੇਂ 'ਤੇ ਇਹ ਚੀਜ਼ ਹਮੇਸ਼ਾ ਉੱਠਦੀ ਵੀ ਰਹੀ ਆ। ਇਹ ਅਸੀਂ ਗੱਲ ਕਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੀ ਦਾ ਜੰਜਾਲ ਬਣਿਆ, ਅਤੇ ਹੁਣ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਆ ਸੁਖਬੀਰ ਸਿੰਘ ਬਾਦਲ ਵੱਲੋਂ, ਇਸ ਗੱਲ ਨੂੰ ਆਖਿਆ ਜਾ ਰਿਹਾ ਕਿ ਜੇ ਉਸ ਸਮੇਂ ਸਾਡੇ ਤੋਂ ਕੁਛ ਹੋਇਆ ਸੀ ਤਾਂ ਉਸ ਚੀਜ਼ ਦਾ ਸਬੂਤ ਦਿਓ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ ਜਾਂ ਹੋਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ, ਲਗਾਤਾਰ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਜਾਰੀ ਰਹਿੰਦੀ ਆ। ਸਾਡੇ ਨਾਲ ਇਸ ਪੂਰੇ ਮਸਲੇ ਦੇ ਉੱਤੇ ਗੱਲ ਕਰਨ ਦੇ ਲਈ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਰ। ਇੱਕ ਜਿਹੜੀ ਹੁਣ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਗੱਲ ਹੁੰਦੀ ਆ ਬਰਗਾੜੀ ਹੁੰਦਾ, ਬਾਈਬਲ ਕਲਾ ਹੁੰਦਾ, ਅਤੇ ਉਸ ਸਮੇਂ ਸਰਕਾਰ ਅਕਾਲੀ ਦਲ ਸੀ, ਅੱਜ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਕਿ ਜੇ ਉਦੋਂ ਕੁਛ ਹੋਇਆ ਸੀ ਤਾਂ ਤੁਸੀਂ ਸਾਨੂੰ ਸਬੂਤ ਦਿਓ, ਇਹ ਕਿਹੋ ਜਿਹੀ ਗੱਲ ਲੱਗ ਗਈ? ਕਦੇ ਉਸ ਸਮੇਂ ਦੇ ਜਿਹੜਾ ਦੋਸ਼ੀ ਸੀ ਉਹਨੇ ਵੀ ਕਿਹਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਤੁਹਾਡਾ ਚੋਰੀ ਕਰ ਲਿਆ, ਤੁਹਾਡੇ 'ਚ ਹਿੰਮਤ ਆ ਅਤੇ ਕੱਢ ਕੇ ਦਿਖਾਓ। ਤੋ ਇਹ ਪਰੂਫ ਇਸ ਤੋਂ ਵੱਡਾ ਕਿਹੜਾ ਚਾਹੁੰਦਾ ਹੈ ਸੁਖਬੀਰ ਬਾਦਲ, ਜਿਹੜਾ ਸਵਾਂਗ ਰਚਿਆ ਗੁਰੂ ਗੋਬਿੰਦ ਸਿੰਘ ਜੀ ਦਾ, ਰਾਮ ਰਹੀਮ ਨੇ ਉਹਨੇ ਬੜਾ ਵੱਡਾ ਬਾਟਾ ਤਿਆਰ ਕਰਕੇ ਅੰਮ੍ਰਿਤ ਦਾ ਅਤੇ ਜਾਮੇ ਇਨਸਾਂ ਪਲਾਇਆ, ਉਹਦਾ ਇੱਕ ਕੇਸ ਬਣਿਆ, ਬੜਾ ਸਟਰੋਂਗ ਕੇਸ ਬਣਿਆ, ਬਾਦਲ ਦਾ ਰਾਜ ਆ। ਤੋ ਕੇਸ ਨੂੰ ਬੜਾ ਲੁਕਾ ਕੇ ਅਤੇ ਬੜਾ ਪਕਸ਼ਪਾਤ ਕਰਕੇ ਉਹਨੂੰ ਇਹਨੇ ਸੁਖਬੀਰ ਬਾਦਲ ਨੇ ਕਮਜ਼ੋਰ ਕੇਸ ਬਣਾਇਆ, ਲੇਕਿਨ ਉਹਦੇ ਬਾਵਜੂਦ ਵੀ ਉਹ ਬੜਾ ਤਕੜਾ ਕੇਸ ਬਣਿਆ। ਤੋ ਪਰ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਨੇ ਸੁਖਬੀਰ ਬਾਦਲ ਨੇ ਐਜ਼ ਡਿਪਟੀ CM ਸਾਈਨ ਕਰਕੇ ਐਜ਼ ਹੋਮ ਮਿਨਿਸਟਰ ਉਹ ਕੇਸ ਵਾਪਸ ਲਿਆ। ਹੁਣ ਸਟੇਟ ਦਾ ਮੁਖੀ ਜਿਹੜਾ ਉਹ ਦੋਸ਼ੀ ਦੇ ਵਿਰੁੱਧ ਕੇਸ ਵਾਪਸ ਲੈ ਕੇ ਅਤੇ ਕਹੇ ਪ੍ਰੂਫ ਦਿਓ, ਤੋ ਕਿਆ ਬਸ ਜਾਓ ਬਿਖ ਦੇਹ ਮਹਤਾਰੀ, ਜਦੋਂ ਬੱਚੇ ਨੂੰ ਜ਼ਹਿਰ ਦੇਣ 'ਤੇ ਮਾਂ ਹੀ ਤੁੱਲ ਜਾਵੇ ਤਾਂ ਫਿਰ ਉਹਨੂੰ ਕੌਣ ਬਚਾ ਸਕਦਾ। ਇਹ ਸ਼ੁਰੂਆਤ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਉਹਨੂੰ ਇਹਨੇ ਇਸ ਤਰ੍ਹਾਂ ਲੁਕਾਇਆ। ਉਸ ਤੋਂ ਬਾਅਦ ਜਿਹੜੀਆਂ FIR ਹੋਈਆਂ, ਬਰਗਾੜੀ ਗੁਰਦੁਆਰੇ ਦੇ ਮੈਨੇਜਰ ਨੇ ਕਰਵਾਈਆਂ, ਉਹਨਾਂ ਦੀ ਪੈਰਵਾਈ ਕਰਨੀ ਸੀ ਅਤੇ ਪ੍ਰਬੰਧਕ ਕਮੇਟੀ ਨੇ ਕਰਨੀ ਸੀ, ਬਾਦਲ ਨੇ ਕਰਨੀ ਸੀ, ਉਹਨਾਂ ਨੂੰ ਲੁਕਾਉਣ ਲਈ ਆਪਣੀਆਂ FIR ਪੁਲਿਸ ਤੋਂ ਲਿਖਵਾਈਆਂ ਗਈਆਂ ਜਿਹੜੀਆਂ ਸਿੱਖਾਂ ਦੇ ਵਿਰੁੱਧ ਕੇਸ ਦਰਜ ਹੋਏ।
तो प्रूफ खत्म करने लिए ये प्यो पुत तो आप लगे रहे अपने राज दे विच जिन्होंने प्रूफ बनाने से जिन्होंने संभालने से जिन्होंने सेव करके केस बनाना सी तो प्रे केस प्रूफ जिहड़े आ करन दी बजाय प्रूफ खत्म कर च लगे रहे तो अज तक लगे ने अज भी हाई कोर्ट तो इनवैसटीगेशन खत्म जिहड़ी मेन पहली FIR आ ਉਹਦੇ ਨਾਲ ਸੰਬੰਧਿਤ ਇਨਵੈਸਟੀਗੇਸ਼ਨ ਖਤਮ ਇਨਵੈਸਟੀਗੇਟਰ ਖਤਮ ਅਤੇ ਜਿਹਨਾਂ ਦੇ ਵਿਰੁੱਧ ਜਾਂਦੀ ਆ ਉਹਨਾਂ ਨੂੰ ਕਲੀਨ ਚਿੱਟ ਅਤੇ ਦੋਸ਼ੀ ਬਣਾਤੀ ਸਰਕਾਰ ਤੋਂ ਸਰਕਾਰ ਨੇ ਉਹ ਜੱਜ ਦੇ ਨਾਲ ਸਹਿਮਤੀ ਪ੍ਰਗਟ ਕਰਦਿਆਂ 6 ਮੈਂਬਰੀ ਸੈੱਟ 'ਤੇ ਸਾਈਨ ਕਰਤੇ ਪਰ ਇਹ ਨਹੀਂ ਦੇਖਿਆ ਕਿ ਜਿਹੜੀਆਂ ਪਹਿਲੀਆਂ FIR-ਾਂ ਕੱਟੀਆਂ ਉਹਨਾਂ ਦੀ ਵੈਲਿਊ ਜ਼ਿਆਦਾ ਜਾਂ ਉਹਦੇ ਬਾਅਦ ਪਰੂਫ ਖਤਮ ਕਰਨ ਲਈ ਬਾਦਲ ਨੇ ਜਿਹੜੀਆਂ ਪੁਲਿਸੋਂ ਕਟਵਾਈਆਂ ਉਹਨਾਂ ਦੀ ਜ਼ਿਆਦਾ ਵੈਲਿਊ ਅੱਜ ਜਿਹੜੀਆਂ ਪੁਲਿਸ ਨੇ FIR-ਾਂ ਲਿਖੀਆਂ ਸਿੱਖਾਂ ਦੇ ਵਿਰੁੱਧ ਅਤੇ ਕੇਸ ਦਰਜ ਉਹਨਾਂ ਦੇ ਆਧਾਰ 'ਤੇ ਉਹਨਾਂ ਦੇ ਚਾਰਜ ਫਿਰ ਇਹ 6 ਮੈਂਬਰੀ ਇੱਕ ਟੀਮ ਘੁੰਮੂਗੀ। ਅੱਛਾ 6 ਮੈਂਬਰੀ ਟੀਮ ਦੀ ਜਿਹੜੀ ਗੱਲ ਕਰਦੇ ਆ ਜਿਹੜੀ ਨਵੀਂ ਸਿੱਟ ਜਿਹੜੀ ਬਣਾਈ ਗਈ ਆ ਪਹਿਲਾਂ ਦੀ ਸਿੱਟ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕੀਤਾ ਉਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਅਤੇ ਇਨਵੈਸਟੀਗੇਟਰ ਸਾਰੇ ਖਤਮ ਕਰਤੇ ਅਤੇ ਹੁਣ ਜਿਹੜੀ ਅਗਲੀ ਗੱਲ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਹੁਣ ਜਿਹੜੇ ਕੁਛ ਡੇਰੇ ਦੇ ਜਿਹੜੇ ਪਰੋਕਾਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ? ਦੇਖੋ ਇੱਕ ਜਿਹੜਾ ਮੇਨ ਮੁੱਦਾ ਹੈ ਨਾ, ਮੇਨ ਮੁੱਦਾ ਉਹ ਸਵਾਂਗ ਸੀ ਜਿਹੜਾ ਰਚਿਆ ਗਿਆ ਦਸਮ ਪਾਤਸ਼ਾਹ ਦਾ ਰਾਮ ਰਹੀਮ ਵੱਲੋਂ, ਤੋ ਉਹਨੂੰ ਸੁਖਬੀਰ ਬਾਦਲ ਨੇ ਆਪਣੀ ਕਲਮ ਦੇ ਨਾਲ ਵਾਪਸ ਲਿਆ ਉਸ ਕੇਸ ਨੂੰ। ਉਸ ਕੇਸ ਤੋਂ ਕਹਾਣੀ ਤੁਰਦੀ ਆ, ਉਸ ਕੇਸ ਤੋਂ ਸ਼ੁਰੂਆਤ ਹੁੰਦੀ ਹੈ, ਇਹ ਜਿੱਥੋਂ ਅੱਜ ਤੁਰੇ ਨੇ ਇੱਥੇ ਤਾਂ ਐਂਡ ਹੁੰਦੀ ਹੈ। ਤੋ ਇੱਥੇ ਜਿੰਨੀ ਦੇਰ ਤੱਕ ਸਰਕਾਰ ਇਮਾਨਦਾਰੀ ਨਾਲ ਉਸ ਕੇਸ ਤੋਂ ਸ਼ੁਰੂਆਤ ਨਹੀਂ ਕਰਦੀ ਉਨੀ ਦੇਰ ਤੱਕ ਇਹ FIR ਦਾ ਢਿੱਡ ਪੂਰਾ ਨਹੀਂ ਹੁੰਦਾ। ਅੱਛਾ, ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਸਬੂਤ ਮੰਗੇ ਜਾ ਰਹੇ ਨੇ, ਹਾਲਾਂਕਿ ਜੇਕਰ ਦੇਖਣੀ ਹੋਵੇ ਗੱਲ ਤਾਂ ਇਹਨਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਸੀ, ਇਹਨਾਂ ਨੇ ਕੇਸ ਲੜਨਾ ਸੀ ਸਿੱਖ ਕੌਮ ਦੇ ਲਈ ਲੜਨਾ ਸੀ, ਲੇਕਿਨ ਇਹ ਆਪ ਹੀ ਉਸ ਸਮੇਂ ਦੋਸ਼ੀ ਬਣ ਗਏ, ਇਸ ਨੂੰ ਕਿਸ? ਅਸਲ 'ਚ ਨਾ ਇਹਨਾਂ ਦਾ ਪਿਓ ਪੁੱਤਾਂ ਨੂੰ ਸ਼ਰਮ ਨਹੀਂ ਆਉਂਦੀ। ਇਹਨਾਂ ਨੇ 50 ਸਾਲ ਤੋਂ ਇਸ ਟੱਬਰ ਨੇ ਗੁਰੂ ਘਰ ਦਾ ਖਾਧਾ ਅਤੇ ਗਿੱਧਾ ਪਾਇਆ ਰਾਮ ਰਹੀਮ ਵਰਗਿਆਂ ਦੀਆਂ ਦੁਕਾਨਾਂ 'ਤੇ ਜਾ ਕੇ ਉਹਨਾਂ ਦੇ ਮੰਡਲਾਂ 'ਚ, ਤੋ ਇਹਨਾਂ ਨੂੰ ਸ਼ਰਮ ਇਸ ਕਰਕੇ ਮੈਂ ਕਹਿ ਰਿਹਾ ਵੀ ਆਉਣੀ ਚਾਹੀਦੀ ਆ ਅਤੇ ਆ ਨਹੀਂ ਰਹੀ। ਵੀ ਅਕਾਲੀ ਦਲ ਦੇ ਮਾਲਕ ਤੁਸੀਂ, ਪੰਥਕ ਸਰਕਾਰ ਦੇ ਮੁਖੀ ਤੁਸੀਂ, ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਤੁਸੀਂ, ਅਕਾਲ ਤਖ਼ਤ ਦੇ ਸੰਚਾਲਕ ਤੁਸੀਂ, ਅਤੇ ਪਰੂਫ ਤੁਹਾਨੂੰ ਕੌਣ ਦਊਗਾ ਬਣਾ ਕੇ? ਕਿਹਦੇ ਤੋਂ ਮੰਗ ਰਹੇ ਹੋ? ਤੁਹਾਡਾ ਕਿਹੜਾ ਦੁਸ਼ਮਣ ਆ? ਮੈਨੂੰ ਇਹੀ ਗੁੱਸਾ ਆਇਆ ਕਿ ਇੱਕ ਤੁਹਾਡੀ ਪਲਾਨਿੰਗ ਦੇ ਨਾਲ ਜੱਜ ਨੇ ਤੁਹਾਨੂੰ ਪਾਸੇ ਕਰਕੇ ਅਤੇ ਇੱਕ ਤੋਂ ਸਾਈਡ ਤੋਂ ਐਪਲੀਕੇਸ਼ਨ ਲੈ ਕੇ ਤੁਹਾਨੂੰ ਕਲੀਨ ਚਿੱਟ ਦੇ ਦਿੱਤੀ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਨੂੰ ਤਾਂ ਇਹ ਕਹਿਣਾ ਚਾਹੀਦਾ ਜੇ ਅਸੀਂ ਦੋਸ਼ੀ ਹਾਂ ਅਤੇ ਅਸੀਂ ਕਿਸੇ ਵੀ ਤਿਆਰ ਹਾਂ ਸਹਿਯੋਗ ਕਰਨ ਲਈ, ਕਰੋ ਇਨਵੈਸਟੀਗੇਸ਼ਨ। ਤੁਸੀਂ ਇਨਵੈਸਟੀਗੇਸ਼ਨ ਦਾ ਗਲ ਘੁੱਟ ਰਹੇ ਹੋ ਲਗਾਤਾਰ। ਤੋ ਅੱਜ ਤੁਸੀਂ ਕਹਿ ਰਹੇ ਹੋ ਪਰੂਫ ਦਿਓ, ਮੇਰਾ ਸਵਾਲ ਹੈ ਕਿ ਪਰੂਫ ਕਿਹਦੇ ਤੋਂ ਮੰਗ ਰਿਹਾ? ਇਹਦਾ ਦੁਸ਼ਮਣ ਕੌਣ ਹੈ? ਮੈਨੂੰ ਇਹ ਜਵਾਬ ਦੇ ਦੇ। ਅੱਜ ਇਨਵੈਸਟੀਗੇਟਰ ਨੂੰ ਖਤਮ ਕੀਤਾ, ਇਨਵੈਸਟੀਗੇਸ਼ਨ ਖਤਮ ਹੋਈ ਅਤੇ ਇਹਨੂੰ ਕਲੀਨ ਚਿੱਟ ਮਿਲੀ ਅਤੇ ਵਿਕਟਰੀ ਬਣ ਰਹੀ ਹੈ, ਪਿੰਡ ਪਿੰਡ ਜਾ ਕੇ ਲੱਡੂ ਬਣ ਰਹੇ। ਗੁਰੂ ਗ੍ਰੰਥ ਸਾਹਿਬ ਹਾਰ ਗਿਆ, ਮੇਰਾ ਇਹ ਪਰਿਵਾਰ ਜਿੱਤ ਗਿਆ, ਅਤੇ ਇਸ ਪਰਿਵਾਰ ਨੂੰ ਮੇਰਾ ਸਵਾਲ ਇਹ ਵੀ ਤੁਸੀਂ ਖਾਧਾ ਗੁਰੂ ਘਰ ਦਾ ਅਤੇ ਗਿੱਧਾ ਪਾਉਂਦੇ ਹੋ ਤੁਸੀਂ ਰਾਮ ਰਹੀਮ ਦੀ ਦੁਕਾਨ 'ਤੇ, ਅੱਜ ਤੁਹਾਡਾ ਦੁਸ਼ਮਣ ਕੌਣ ਹੈ? ਕਲੀਅਰ ਕਰੋ, ਕਿਹਨੂੰ ਪੁੱਛ ਰਹੇ ਹੋ? ਸਰ ਮੇਰਾ ਕੁਸ਼ਚਨ ਵੀ ਤੁਹਾਨੂੰ ਇਹੀ ਸੀਗਾ ਕਿ ਇਸ ਪਰਿਵਾਰ ਨੂੰ ਕਲੀਨ ਚਿੱਟ ਮਿਲ ਜਾਣੀ ਜਾਂ ਇਹ ਮਤਲਬ ਹੋ ਗਿਆ ਕਿ ਇਹ ਦੋਸ਼ ਮੁਕਤ ਨੇ ਜਾਂ ਇਹ ਸਹੀ ਸੀਗੀ ਉਸ ਸਮੇਂ, ਅਤੇ ਦੂਸਰਾ ਪਾਸੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਉੱਥੇ ਹੀ ਖੜੀ ਆ, ਜਿਹੜੇ ਨਿਹੱਥੇ ਸਿੱਖ ਮਰੇ ਸੀ ਉਹਨਾਂ ਦਾ ਤਾਂ ਉੱਥੇ ਹੀ ਖੜਾ, ਅਤੇ ਇਸ ਸਮੇਂ ਖੁਸ਼ੀ ਮਨਾਉਣੀ ਜਿਵੇਂ ਤੁਸੀਂ ਲੱਡੂ ਵੰਡਣ ਦੀ ਗੱਲ ਕਰ ਰਹੇ ਹੋ ਇਹ ਜਾਇਜ਼ ਹੈ? ਇੱਕ ਤਾਂ ਜਿਹੜਾ ਮੇਨ ਸੀਗਾ ਸਾਡਾ ਜਿਹੜਾ ਮੁੱਦਾ ਸੀਗਾ ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ 'ਤੇ ਹਮਲਾ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਂਗ ਰਚ ਕੇ ਅਤੇ ਉਹਨੂੰ ਇਹਨੇ ਜਿਹੜਾ ਰੂਪਮਾਨ ਕੀਤਾ ਰਾਮ ਰਹੀਮ ਨੇ, ਲੇਕਿਨ ਉਹਦੇ ਰੋਸ ਵਜੋਂ ਜਿਹੜਾ ਗਾਂ ਨੁਕਸਾਨ ਹੋਇਆ ਤੁਸੀਂ ਅੱਜ ਉਹਦੇ 'ਤੇ ਆ ਕੇ ਟਿੱਕ ਗਏ। ਉਹ ਵੀ ਤੁਸੀਂ ਇੱਕ ਐਜ਼ CM ਕਹਿ ਰਹੇ ਹੋ ਕਿ ਲਾਪਤਾ ਪੁਲਿਸ ਜਿਹੜੀ ਅਣਪਛਾਤੀ ਪੁਲਿਸ ਜਿਹੜੀ ਮਾਰ ਗਈ, ਇੱਕ CM ਨੂੰ ਸ਼ਰਮ ਆਉਣੀ ਚਾਹੀਦੀ ਕਹਿੰਦਿਆਂ ਨੂੰ? ਇੱਕ ਥਾਣੇ ਦਾ ਮੁਨਸੀ ਨਹੀਂ ਇਹ ਗੱਲ ਕਹਿ ਸਕਦਾ। ਥਾਣੇ ਦੇ ਮੁਨਸੀ ਨੂੰ ਪਤਾ ਕਿ ਜਿੰਨੇ ਜਵਾਨ ਗਏ ਉਹਨਾਂ ਨੂੰ ਕਿਹੜੀ ਰਾਈਫਲ ਦਿੱਤੀ ਗਈ, ਗੋਲੀਆਂ ਕਿੰਨੀਆਂ ਦਿੱਤੀਆਂ ਗਈਆਂ, ਉਹਨੇ ਚਲਾਈਆਂ ਕਿੰਨੀਆਂ, ਖਾਲੀ ਖੋਲ ਕਿੰਨੇ ਆਏ। ਤੋ ਇਹ ਤਾਂ ਮੁਨਸੀ ਦੱਸ ਸਕਦਾ, ਅਤੇ CM ਹੁੰਦਿਆਂ ਜਿਹੜਾ ਕਹਿਣ ਡਿਆ ਕਿ ਜਿਹੜੀ ਅਣਪਛਾਤੀ ਪੁਲਿਸ ਮਾਰ ਗਈ ਅਤੇ ਇਹਦੇ ਉਹ ਹੀ ਅੱਜ ਸਾਡੇ ਤੋਂ ਪਰੂਫ ਮੰਗਣ? ਅਤੇ ਮੈਂ ਤਾਂ ਸਵਾਲ ਇਹੀ ਕਰਦਾ, ਇਹ ਬਾਦਲ ਪਰਿਵਾਰ ਸਾਨੂੰ ਇਹ ਦੱਸਦੇ ਕਿ ਕਿਹਦੇ ਤੋਂ ਪਰੂਫ ਮੰਗਦਾ ਹੈ, ਇਹਨਾਂ ਦਾ ਦੋਸ਼ੀ ਕੌਣ ਹੈ, ਇਹਨਾਂ ਦਾ ਦੁਸ਼ਮਣ ਕੌਣ ਹੈ? ਅੱਛਾ ਜਸਵੀਰ ਸਾਹਿਬ,
ਅਸੀਂ ਕੁਛ ਸਮੇਂ ਪਿੱਛੇ ਦੀ ਗੱਲ ਕਰੀਏ, 1999 ਦੀ ਗੱਲ ਕਰੀਏ, ਤਾਂ ਤੁਸੀਂ ਉਸ ਸਮੇਂ ਵੀ ਇੱਕ ਅਪੀਲ ਜਾਰੀ ਕੀਤੀ ਸੀ ਜਦੋਂ ਤੁਸੀਂ ਐਜ਼ ਏ ਜਥੇਦਾਰ ਅਕਾਲ ਤਖ਼ਤ ਸਾਹਿਬ 'ਤੇ ਵਿਚਰਦੇ ਸੀ, ਸੋ ਉਹ ਅਪੀਲ ਤੁਹਾਨੂੰ ਹੁਣ ਲੱਗਦਾ ਕਿ ਉਹ ਬਿਲਕੁਲ ਉਸੇ ਉਹੀ ਗੱਲ ਜਿਹੜੀ ਸਾਹਮਣੇ ਆ ਰਹੀ? ਦੇਖੋ ਜੀ, ਮੈਂ ਅਪੀਲ ਜਾਰੀ ਕੀਤੀ ਸੀ ਸਿੱਖਾਂ ਨੂੰ, ਪਰ ਮੈਨੂੰ ਅਫਸੋਸ ਆ ਕਿ ਸਿੱਖ ਇਹਨੂੰ 20 ਸਾਲ ਬਾਅਦ ਵੀ ਨਹੀਂ ਸਮਝ ਪਾਏ ਇਸ ਬੰਦੇ ਨੂੰ। ਮੈਂ ਉਦੋਂ ਅਪੀਲ ਜਾਰੀ ਕੀਤੀ ਸੀ ਇਸ ਕਰਕੇ ਕਿਉਂਕਿ 300 ਸਾਲਾਂ ਅਸੀਂ ਮਨਾ ਰਹੇ ਸੀ ਦਸਮ ਪਾਤਸ਼ਾਹ ਦੀ ਉਹ ਪਵਿੱਤਰ ਯਾਦ, ਜਦੋਂ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਸਾਜਿਆ ਅਤੇ ਇੱਕ ਅੰਮ੍ਰਿਤ ਦੀ ਦਾਤ ਦਿੱਤੀ। ਉਹ ਜਿਹੜੀ ਪੰਚ ਪ੍ਰਧਾਨੀ ਮਰਿਆਦਾ ਸੀ, ਪੰਜਾਂ ਪਿਆਰਿਆਂ ਦੀ ਪ੍ਰਣਾਲੀ ਸੀ, ਉਹਦਾ ਗੜ ਇਹਨੇ 99 'ਚ ਆ ਕੇ ਉਦੋਂ ਘੁੱਟਿਆ ਜਦੋਂ ਅਸੀਂ ਸ਼ਤਾਬਦੀ ਮਨਾ ਰਹੇ ਸੀ। ਉਦੋਂ ਪੰਜਾਂ ਪਿਆਰਿਆਂ ਦੀ ਪ੍ਰਣਾਲੀ ਨੂੰ ਥੱਲੇ ਲਤਾੜ ਕੇ ਉੱਤੋਂ ਦੀ ਇਹ ਨਿਕਲ ਕੇ ਗਿਆ ਅਤੇ ਅਕਾਲ ਤਖ਼ਤ ਉਹਨਾਂ ਨੇ ਨੀਵਾਂ ਦਿਖਾਇਆ। ਉਦੋਂ ਮੈਂ ਸਿੱਖਾਂ ਨੂੰ ਕਿਹਾ ਸੀ ਇਹ ਬੰਦਾ ਅਮਰਵੇਲ ਆ ਸਿੱਖੀ ਦੇ ਰੁੱਖ 'ਤੇ, ਸਿੱਖ ਨੂੰ ਸਿੱਖੀ ਨੂੰ ਸੁਕਾ ਦਊਗਾ, ਇਸ ਨੂੰ ਕਦੀ ਵੀ ਪੋਲੀਟੀਕਲ ਅਤੇ ਧਾਰਮਿਕ ਖੇਤਰ 'ਤੇ ਯਕੀਨ ਨਾ ਕਰਿਓ। ਪਰ ਸਿੱਖਾਂ ਨੇ ਮੇਰੀ ਗੱਲ ਨਹੀਂ ਮੰਨੀ। ਅੱਜ ਸਿੱਖ ਜਿਹੜੇ ਨੇ ਰੋਂਦੇ ਨੇ, ਦੱਸਣ ਜੋਗੇ ਨਹੀਂ ਰਹੇ ਕਿਸੇ ਨੂੰ, ਪਰ ਮੇਰੀ ਅੱਜ ਵੀ ਸਿੱਖਾਂ ਨੂੰ ਬੇਨਤੀ ਹੈ ਕਿ ਅਸੀਂ ਭੁੱਲਣ ਹਾਰ ਹਾਂ, ਸਾਡੇ ਤੋਂ ਗਲਤੀਆਂ ਹੋ ਸਕਦੀਆਂ ਨੇ, ਲੇਕਿਨ ਜਿਹੜਾ ਗੁਰੂ ਦਾ ਸਿਧਾਂਤ ਹੈ ਜਿਉਂਦਾ ਰਹਿਣਾ ਚਾਹੀਦਾ। ਗੁਰੂ ਦੇ ਸਿਧਾਂਤ ਦਾ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਪਰਿਵਾਰ ਆ, ਇਹਨੂੰ ਇਸ ਫੀਲਡ 'ਚੋਂ ਬਾਹਰ ਕਰ ਦਿਓ ਰੱਬ ਦਾ ਵਾਸਤਾ। ਸਰ, ਤੁਸੀਂ ਰੱਬ ਦਾ ਵਾਸਤਾ ਕਹਿ ਰਹੇ ਹੋ, ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਫਿਰ ਲੋਕ ਇਹਨਾਂ ਨੂੰ ਜਿਤਾ ਦਿੰਦੇ ਨੇ, ਮਤਲਬ ਉਹਨਾਂ ਨੂੰ ਕੋਈ ਬਦਲ ਵੀ ਨਹੀਂ ਦਿੰਦਾ ਭਾਵੇਂ ਕਾਂਗਰਸ ਅਕਾਲੀ ਦਲ ਹੈ, ਅਤੇ ਫਿਰ ਉਹ ਜਨਤਾ ਕੀ ਸਮਝ ਨਹੀਂ ਰਹੀ, ਜਾਂ ਉਹਨਾਂ 'ਤੇ ਕੋਈ ਉਸ ਸਮੇਂ ਕੋਈ ਪ੍ਰੈਸ਼ਰ ਬਣ ਜਾਂਦਾ, ਜਾਂ ਕੀ ਕਾਰਨ ਆ ਕਿ ਉਹ ਫਿਰ ਸੱਤਾ 'ਚ? ਨਹੀਂ, ਤੁਸੀਂ ਦੇਖੋ ਇਹ ਸਿੱਖਾਂ ਦੀਆਂ ਮਜਬੂਰੀਆਂ ਸੀਗੀਆਂ ਕਿ ਉਹ ਆਪਣੀ ਸਮਝਦੇ ਰਹੇ ਕਿ ਜਿਹੜੀ ਅਕਾਲੀ ਜਮਾਤ ਆ ਸਾਡੀ ਜਮਾਤ ਆ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਦਲ ਦਾ ਕਬਜ਼ਾ 50 ਸਾਲ ਤੋਂ ਇਸ ਜਮਾਤ 'ਤੇ ਚੱਲਿਆ ਰਿਹਾ, ਅਤੇ ਉਹਨੂੰ ਅਸੀਂ ਇਹ ਹੀ ਨਹੀਂ ਕਹਿ ਪਾ ਰਹੇ ਕਿ ਦੱਸ ਪਾ ਰਹੇ ਵੀ ਇਹ ਅਕਾਲੀ ਆ ਕਿ ਕਾਂਗਰਸੀ ਆ ਜਾਂ ਦੋਵਾਂ ਦਾ ਦੁਸ਼ਮਣ ਹੈ। ਤੋ ਇਹ ਇਸ ਬੰਦੇ ਨੇ ਅਕਾਲੀ ਦਲ ਨੂੰ ਅਤੇ ਉਹਦੇ ਇਤਿਹਾਸ ਨੂੰ ਖਾ ਗਿਆ। ਅਕਾਲੀ ਦਲ ਦਾ ਇਤਿਹਾਸ ਪੂਜਣ ਯੋਗ ਆ, ਲੇਕਿਨ ਅਕਾਲੀ ਦਲ ਦੇ ਇਤਿਹਾਸ 'ਤੇ ਕਬਜ਼ਾ ਕਰਕੇ ਉਸ ਅਕਾਲੀ ਦਲ ਦੀ ਬੱਸ 'ਚ ਬਹਿ ਕੇ ਡਰਾਈਵਰ ਬਣ ਜੇ ਬਾਦਲ, ਇਹ ਰਾਮ ਰਹੀਮ ਦੇ ਡੇਰੇ ਵਾੜਦੇ, ਇਹਦੇ ਨੂਰਮੇਲੀਏ ਦੇ ਡੇਰੇ ਵਾੜਦੇ, ਇਹਨੂੰ ਕੌਣ ਰੋਕ ਸਕਦਾ? ਇਸ ਬੰਦੇ ਨੇ ਜਿਹੜਾ ਸਾਡਾ ਨੁਕਸਾਨ ਕੀਤਾ ਅਸੀਂ ਦੱਸ ਨਹੀਂ ਸਕਦੇ, ਇਹ ਲੋਕ ਅੰਦਾਜ਼ਾ ਹੀ ਲਾ ਸਕਦੇ ਹੋ ਜਿੰਨਾ ਕੁ ਜੋ ਕੁਛ ਹੋਇਆ ਅੱਜ ਤੱਕ। ਤੋ ਅਸੀਂ ਤਾਂ ਹੁਣ ਮਹਿਸੂਸ ਕਰਦੇ ਹਾਂ ਕਿ ਹੁਣ ਸਿੱਖਾਂ ਨੇ ਮਹਿਸੂਸ ਕਰ ਲਿਆ ਕਿ ਇਹ ਬੰਦਾ ਸਾਡੇ ਇਸ ਪੰਥ ਦਾ ਹਿੱਸਾ ਨਹੀਂ। ਇਹੀ ਵਜ੍ਹਾ ਹੈ ਕਿ ਹਰਿਆਣੇ ਦੇ ਜੰਮਪਲ ਕੇਜਰੀਵਾਲ ਅਤੇ ਲੋਕਾਂ ਨੇ ਇਹਦੇ ਤੋਂ ਜ਼ਿਆਦਾ ਯਕੀਨ ਕਰ ਲਿਆ, ਜਿਹਨੂੰ ਕਦੀ ਦੇਖਿਆ ਨਹੀਂ, ਜਿਹੜਾ ਕਦੀ ਸਾਡੀ ਸਿੱਖ ਸਟੇਟ ਦਾ ਨਾਗਰਿਕ ਨਹੀਂ, ਪਰ ਇਸ ਬੰਦੇ ਨੂੰ ਦਰਕਿਨਾਰ ਕੀਤਾ। ਤੋ ਇਹ ਤੋਂ ਵੱਡੀ ਅਸੀਂ ਕੀ ਉਦਾਹਰਨ ਦੇ ਦਈਏ ਜਿਹੜੀ ਸਿੱਖਾਂ ਦੇ ਵਿੱਚ ਚੇਂਜ ਆਇਆ? ਇਹ ਤੁਸੀਂ ਵਧੀਆ ਗੱਲ ਦੱਸਿਓ ਕਿ ਸਿੱਖਾਂ ਦੇ ਵਿੱਚ ਚੇਂਜ ਆਇਆ, ਕੇਜਰੀਵਾਲ 'ਤੇ ਵਿਸ਼ਵਾਸ ਕਰ ਰਹੇ ਨੇ, ਲੇਕਿਨ ਬਹੁਤ ਸਾਰੇ ਇਹਨਾਂ ਦੇ ਨਾਲ ਵੀ ਜਿਹੜੇ ਲੋਕ ਸੀਗੇ, ਚਾਹੇ ਬ੍ਰਹਮਪੁਰਾ ਦੀ ਗੱਲ ਕਰੀਏ, ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ, ਜਾਂ ਸਿੱਖਾਂ ਦੀ ਗੱਲ ਕਰ ਲਈਏ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਤੋਂ ਪਾਸਾ ਵੱਟ ਗਏ ਨੇ, ਅਤੇ ਤੁਹਾਨੂੰ ਲੱਗਦਾ ਕਿ ਜੋ ਹਸ਼ਰ ਪਹਿਲਾਂ ਚੋਣਾਂ 'ਚ ਹੋਇਆ, ਮਤਲਬ ਕਾਫੀ ਘੱਟ ਸੀਟਾਂ ਰਹਿ ਗਈਆਂ ਸੀ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾੜਾ ਹੋਣ ਵਾਲਾ? ਦੇਖੋ, ਮੈਂ ਨਾ ਇਹ ਨਹੀਂ ਮੈਂ ਕਹਿੰਦਾ ਕਿ ਕੌਣ ਅੱਗੇ ਆਊਗਾ ਜਾਂ ਕਿਹਦੀ ਸਪੋਰਟ ਕਰੋ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਨਕਾਰਨ ਲਈ ਕੋਈ ਵੀ ਤਰੀਕਾ ਵਰਤਿਆ ਅਤੇ ਕੋਈ ਵੀ ਵਰਤੂਗੀ ਗਾਂ, ਲੇਕਿਨ ਇਹਨਾਂ ਨੂੰ ਵੋਟ ਨਹੀਂ ਪੈਣੀ। ਇਹ ਵੋਟ ਜਿਹੜੀ ਆ ਨਾ, ਇਹ ਬਾਦਲ ਸੁਪਨਿਆਂ ਦੀ ਦੁਨੀਆ 'ਚ ਵੱਸਦਾ ਪਿਆ, ਇਹਨੂੰ ਕੰਧ 'ਤੇ ਲਿਖਿਆ ਪੜ੍ਹਨਾ ਪੈਣਾ। ਅੱਜ ਨਹੀਂ ਤਾਂ 2022 ਸਹੀ ਕਿੰਨੇ ਦਿਨ ਰਹਿ ਗਏ। ਲਗਾਤਾਰ ਤੁਸੀਂ ਪੰਜਾਬ ਦੀ ਸਿਚੁਏਸ਼ਨ ਦੇਖੋ, ਪੰਜਾਬ ਦੇ ਹਾਲਾਤ ਦੇਖੋ, ਪੰਜਾਬ ਦੀ ਹਿਸਟਰੀ ਦੇਖੋ, ਕਿ ਅਗਰ ਇੱਕ ਲੋਕ ਸਭਾ ਇਲੈਕਸ਼ਨ ਜਿਹੜੀ ਆ ਉਹ ਅਕਾਲੀ ਦਲ ਜਿੱਤਦਾ ਸੀ ਅਤੇ ਇਹ ਹੁੰਦਾ ਸੀ ਕਿ ਆਉਣ ਵਾਲੀ ਅਸੈਂਬਲੀ ਇਹਦੀ ਆ, ਜਦੋਂ ਉਹ ਜਿੱਤਦੀ ਸੀ ਕਾਂਗਰਸ ਅਤੇ ਲੋਕ ਅੰਦਾਜ਼ਾ ਲਾਉਂਦੇ ਆਉਣ ਵਾਲੀ ਅਸੈਂਬਲੀ ਕਾਂਗਰਸ ਦੀ ਆ। ਲਗਾਤਾਰ 2 ਇਲੈਕਸ਼ਨਾਂ ਲੋਕ ਸਭਾ ਦੀਆਂ ਹਾਰ ਚੁੱਕਾ ਬਾਦਲ, ਇਹ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਣ ਹੀ ਨਹੀਂ ਦੇ ਰਿਹਾ ਆਪਣੇ ਅਸਰ ਸੂਕ ਨਾਲ, 12 ਸਾਲ ਹੋ ਗਏ, ਇਹ 'ਚ ਪਤਾ ਕਿਵੇਂ ਲੱਗੇ? ਦੂਸਰਾ, ਜਿਹੜੀ ਅਸੈਂਬਲੀ ਆ ਗਈ ਆ ਇਹ ਦੂਜੀ ਵਾਰੀ, ਇਹ ਤੀਜੀ ਵਾਰੀ ਅਸੈਂਬਲੀ ਹਾਰ ਦੀ ਪੁਜੀਸ਼ਨ 'ਚ ਲੜ ਰਿਹਾ, ਇਹ ਤਾਂ ਕਾਂਗਰਸ ਦੀ ਆਪਣੀ ਨਲਾਇਕੀ ਕਰਕੇ ਦੋ ਅਸੈਂਬਲੀਆਂ ਹਾਰੀ ਆ, ਨਹੀਂ ਤਾਂ ਉਹ ਜਿੱਤੇ ਹੋਏ ਹਾਰ ਹੈ। ਤੋ ਇਹ ਭਾਜਪਾ ਦੀ ਸਪੋਰਟ ਨਾਲ ਅਤੇ ਉਹਨਾਂ ਦੀਆਂ ਗਲਤੀਆਂ ਕਾਰਨ ਇਹ 2 ਵਾਰੀ ਰਾਜ ਕਰ ਗਿਆ, ਵਰਨਾ ਇਹ ਅੱਜ ਤੀਜੀ ਇਲੈਕਸ਼ਨ ਆ ਜਿਹੜੀ ਹੁਣ ਆਉਣੀ ਇਹ ਵੀ ਹਾਰੂਗਾ ਅਤੇ ਟਕਾ ਕੇ ਹਾਰੂਗਾ, ਇਹਨੂੰ ਬਚਾ ਨਹੀਂ ਸਕਦਾ ਕੋਈ।
ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਆ, ਆਪਾਂ ਦਿੱਲੀ ਦੀ ਗੱਲ ਕਰੀਏ। ਦਿੱਲੀ ਦੇ ਵਿੱਚ 12 ਕਰੋੜ ਰੁਪਏ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਅਮਰਿੰਦਰ ਸਿੰਘ ਸਿਰਸਾ ਦੀ, ਅਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ? ਅਮਿਤਾਬ ਬੱਚਨ ਦੀ ਗੱਲ ਆ ਰਹੀ ਆ, ਸਿੱਖਾਂ ਦਾ ਦੁਸ਼ਮਣ ਉਹਨੂੰ ਕਿਹਾ ਜਾ ਰਿਹਾ ਕਿਉਂਕਿ ਕਤਲੇਆਮ ਜਦੋਂ 84 ਦਾ ਹੋਇਆ, ਤਾਂ ਉਸ ਚੀਜ਼ ਨੂੰ ਨਾਲ ਜੋੜ ਕੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖੋ? ਜੀ, ਸਰਸੇ ਨੇ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ। ਸਿੱਖਾਂ ਦੀ ਜੇ ਕੋਈ ਪਹਿਚਾਣ ਹੈ ਤਾਂ ਅਣਖ ਨਾਲ ਜ਼ਿੰਦਗੀ ਹੈ। ਤੋ ਗੁਰੂ ਸਾਹਿਬ ਦਾ ਵੀ ਸਾਨੂੰ ਇਹੀ ਹੁਕਮ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਇਹ ਪੈਸਿਆਂ ਨਾਲ ਸਾਡੀਆਂ ਪੂਰੀਆਂ ਹੁੰਦੀਆਂ ਗਰਜਾਂ, ਅਤੇ ਬਹੁਤ ਕੁਛ ਸੀਗਾ ਸਿੱਖਾਂ ਨੇ ਆਪਣਾ ਹੀ ਆਪ ਹੀ ਪੈਸਾ ਦੌਲਤ ਜਿਹੜੀ ਹੈ ਸਰਸਾ ਜ਼ਰੂਰੀ ਆ। ਇਹ ਸਿਰਸੇ ਨੇ ਕੌਮ ਨਾਲ ਪੱਦਾ ਮਜ਼ਾਕ ਕੀਤਾ, ਅਤੇ ਪੱਦਾ ਇਸ ਕਰਕੇ ਕੀਤਾ ਕਿਉਂਕਿ ਇਹਦਾ ਜਿਹੜਾ ਆਕਾ ਹੈ ਪ੍ਰਕਾਸ਼ ਸਿੰਘ ਬਾਦਲ, ਉਹਦਾ ਮੁੰਡਾ ਜਾਂ ਉਹਦਾ ਹੋਰ ਖਣਵਾਦਾ, ਉਹਨਾਂ ਨੂੰ ਗੁਰਮਤ ਦਾ ਗਿਆਨ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਗੁਰਮਤ ਹੈ ਕਿ ਸਿੱਖ ਹਿਸਟਰੀ ਹੈ ਕੀ ਚੀਜ਼। ਉਸ ਬੰਦੇ ਨੇ ਸਭ ਤੋਂ ਪਹਿਲਾਂ ਕਿਹਾ ਜੀ ਮੈਂ ਡਾਇਲਸਿਸ ਸੈਂਟਰ ਖੋਲ੍ਹ ਦਿੱਤੇ, ਮੈਂ ਇੰਨੇ ਬੈੱਡ ਲਾ ਤੇ, ਮੈਂ ਉਹ ਮਸ਼ੀਨ ਲੈਣ ਦੀ, MRI ਦੀ ਫ੍ਰੀ ਹੋਊਗੀ। ਮੈਂ ਪੁੱਛਿਆ ਇਹਨੂੰ ਕੌਣ ਦੇ ਗਿਆ, ਜਵਾਬ ਦਿਓ, ਉਹਦੇ ਨਾਲ ਡੀਲ ਕੀ ਹੋਈ ਆ, ਲਿਖਿਆ ਕੀ ਗਿਆ ਉਹ ਸਾਨੂੰ ਦੱਸੋ, ਇਹਨੇ ਨਹੀਂ ਦੱਸਿਆ ਕਦੀ ਜੀ। ਇਹ ਫਲਾਂ ਫਲਾਂ ਬੰਦੇ ਨੇ ਆਪਣੇ ਭਰਾ ਦੀ ਯਾਦ ਵਿੱਚ ਦਿੱਤੀ ਆ, ਇਹਨੇ ਨਾਮ ਹੀ ਲਏ 2-3। ਲੇਕਿਨ ਅੱਜ ਜਦੋਂ 2 ਕਰੋੜ ਦੇ ਕੇ ਗਿਆ, ਇਹਦੀ ਇਹਨੇ ਤਾਰੀਫ ਕੀਤੀ ਬੜੀ ਕਿ ਇਹ ਅਸਲੀ ਹੀਰੋ ਆ, ਅਸਲੀ ਹੀਰੋ ਇਹੀ ਆ। ਤੋ ਮੈਂ ਇਹਦਾ ਧੰਨਵਾਦ ਕਰਦਾ। ਉਹਨੇ ਆਪਣੇ ਜਾ ਕੇ ਬੋਕਸ ਦੇ ਵਿੱਚ ਲਿਖਿਆ, ਟਵੀਟ ਕੀਤਾ ਕਿ ਇਹ 2000 ਦੀ ਗੱਲ ਚੱਲ ਰਹੀ, 2 ਕਰੋੜ ਦੀ ਗੱਲ ਚੱਲ ਰਹੀ, ਮੈਂ ਤਾਂ 10 ਕਰੋੜ ਪਹਿਲਾਂ ਦੇਖਿਆ, ਉਹਦੀ ਗੱਲ ਨਹੀਂ ਕੋਈ ਕਰ ਰਿਹਾ। ਹੁਣ ਉਹ ਮਨਸਾ ਉਹਦੀ ਕੀ ਆ ਸਾਨੂੰ ਨਹੀਂ ਪਤਾ, ਲੇਕਿਨ ਉਹਦੇ ਹੱਥ ਲਿਬੜੇ ਆ ਸਾਡੇ ਸਿੱਖਾਂ ਦੇ ਖੂਨ ਨਾਲ। ਉਹਨੇ ਜਦੋਂ ਨਾਅਰਾ ਦਿੱਤਾ ਉਦੋਂ ਸਾਡੀ ਬੀਬੀਆਂ ਦੀ ਬੇਪੱਤੀ ਹੋਈ, ਉਦੋਂ ਬੱਚੇ ਕਤਲ ਹੋਏ, ਬੀਬੀਆਂ ਕਤਲ ਹੋਈਆਂ, ਸਿੱਖਾਂ ਨੂੰ ਟਾਇਰ ਪਾ ਕੇ ਸਾੜਿਆ ਗਿਆ। ਅਸੀਂ ਉਸ ਬੰਦੇ ਨੂੰ ਕਿਵੇਂ ਮਾਫ਼ ਕਰ ਸਕਦੇ? ਅਸੀਂ ਉਸ ਨੂੰ ਕੁਛ ਨਹੀਂ ਕਹਿ ਰਹੇ, ਉਹਦੇ ਪਿੱਛੇ ਦੁਸ਼ਮਣ ਨਹੀਂ ਲਾ ਰਹੇ, ਲੇਕਿਨ ਉਹਦਾ ਪੈਸਾ ਅਸੀਂ ਹਮਦਰਦੀ ਵਜੋਂ ਕਿਉਂ ਸਵੀਕਾਰ ਕਰੀਏ? ਇਹ ਸਾਡੀ ਹਿਸਟਰੀ ਨਹੀਂ ਇਜਾਜ਼ਤ ਦਿੰਦੀ। ਤੋ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਜਿਹੜਾ ਖਣਵਾਦਾ ਆ ਉਹ ਲਾਣਾ ਹੈ, ਉਹ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਲੱਗਾ, ਸੋਚਦਾ ਹੀ ਨਹੀਂ ਵੀ ਸਾਡੀ ਹਿਸਟਰੀ ਕੀ ਆ, ਸਾਡੀ ਕੌਮ ਨੂੰ ਇਹਦਾ ਦੇਣ ਕੀ ਦੇਣਾ ਪਊ। ਅੱਜ ਤੁਸੀਂ ਦੇਖੋ ਇੱਕ NDTV ਇੰਡੀਆ 'ਤੇ ਕਿੱਡਾ ਵੱਡਾ ਵਸਾਰ ਕਰਕੇ, ਸਿੱਖ ਬੜੇ ਸੇਵਾਦਾਰ ਨੇ, ਸਿੱਖ ਕੌਮ ਇਸ ਤਰ੍ਹਾਂ ਆ, ਸਿੱਖ ਕੌਮ ਦੀ ਹਿਸਟਰੀ ਇਹ ਆ, ਪਰ ਪੈਸੇ ਪ੍ਰਬੰਧਕ ਕਮੇਟੀ ਦੇ ਖਾਤੇ 'ਚ ਪਾਓ, ਡੋਨੇਸ਼ਨ। ਵਜ੍ਹਾ, ਸੇਵਾ ਕਰ ਰਿਹਾ ਕੋਈ ਕਨੇਡਾ 'ਚ, ਕੋਈ ਅਮੈਰੀਕਾ 'ਚ, ਕੋਈ ਬਾਰਡਰ 'ਤੇ ਬੈਠਾ ਹੋਟਲ ਵਾਲਾ, ਕੋਈ ਕਾਰ ਸੇਵਾ ਵਾਲਾ ਬਾਬਾ, ਅਤੇ ਪੈਸੇ ਉਹਦੇ ਉਹਦੇ ਪੰਜਾਬੀ ਬਾਗ ਉਹਦੇ ਖਾਤੇ 'ਚ ਪਾਓ, 2 ਖਾਤੇ ਉਹਨੇ ਖੁਲਵਾ ਰੱਖੇ ਉੱਥੇ ਬੰਬੇ, ਉੱਥੇ ਖਾਤਿਆਂ 'ਚ ਪਾਓ। ਵਜ੍ਹਾ ਕਿਉਂ? ਅਤੇ ਮੰਗਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਾਡੇ 'ਤੇ ਬੜੇ ਬੜੇ ਮਾੜੇ ਦਿਨ ਆਏ, ਸਿੱਖ ਕੌਮ 'ਤੇ ਕਦੀ ਇੰਨਾ ਪੈਸਾ ਮੰਗਿਆ ਨਹੀਂ। ਬਲੂ ਸਟਾਰ ਆਇਆ, ਕਿਸੇ ਸੇਵਾਦਾਰ ਨੂੰ ਤਨਖਾਹ ਦੇਣ ਲਈ ਪੈਸਾ ਨਹੀਂ ਮੰਗਿਆ। ਅਸੀਂ ਉਸ ਸਮੇਂ 'ਤੇ ਦੇਖਿਆ ਜਿਹੜੇ ਸਿੰਘ ਸ਼ਹੀਦ ਹੋਏ ਉੱਥੇ, ਸਾਰਿਆਂ ਦੇ ਘਰਾਂ 'ਚ 10-10 ਹਜ਼ਾਰ ਰੁਪਏ ਦੀ ਅਮਾਊਂਟ ਦਿੱਤੀ ਪ੍ਰਬੰਧਕ ਕਮੇਟੀ ਵੱਲੋਂ, ਔਰ 1000 ਕਰੋੜ ਅਜੇ ਸਾਡਾ ਸੁਪਰੀਮ ਕੋਰਟ 'ਚ ਜਮ੍ਹਾਂ, ਜਿਹੜਾ ਅਸੀਂ ਕੇਸ ਕੀਤਾ ਉਹਦੀ ਫਸਟ ਜਿਹੜੀ ਇੱਕ 1% ਜਾਂ ਜੋ ਜਿਹੜੀ ਉਹਦੀ ਫੀਸ ਹੁੰਦੀ ਆ ਉਸ ਕੇਸ ਦੀ, ਉਹ 1000 ਕਰੋੜ ਰੁਪਈਆ ਅਜੇ ਤੱਕ ਉੱਥੇ ਪਿਆ। ਤੋ ਸਾਡੇ ਕੋਲ ਪੈਸਿਆਂ ਦੀ ਨਾ ਕਮੀ ਆਈ ਨਾ ਆ ਸਕਦੀ ਆ। ਤੁਸੀਂ ਅੱਜ ਦੇਖੋ ਨਿਰੰਕਾਰੀਆਂ ਨੇ ਜਦੋਂ ਬਾਬਾ ਮਰਿਆ 24 ਤਰੀਕ ਨੂੰ, ਉਹਦੀ ਯਾਦ ਵਿੱਚ ਉੱਥੇ ਖੂਨਦਾਨ ਕੈਂਪ ਕੀਤਾ, ਕੈਂਪ ਲਾਇਆ। ਇਹ ਜਿਹੜੀ ਗੈਸ ਸੀਗੀ ਜਿਹੜੀ ਜਿਹਦੀ ਸ਼ੋਰਟੇਜ ਆਈ, ਆਕਸੀਜਨ ਗੈਸ ਸੀਗੀ, ਇਹ ਵੀ ਵੰਡੀ। ਅਸੀਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਚਾਬੀ ਸੌਂਪ ਦਈਏ ਹੁਣ, ਜੇ ਉਹਨਾਂ ਸੇਵਾ ਕੀਤੀ ਚੰਗੀ ਗੱਲ ਹੈ। ਤੋ ਤੁਸੀਂ ਅੱਜ ਸੇਵਾ ਤੋਂ ਤੁਹਾਡੇ ਬੈੱਡ ਹੀ ਦਿਸ ਰਹੇ ਨੇ, ਸੇਵਾ 'ਤੇ ਨਿਕਲਣ ਵਾਲਾ ਕੋਈ ਮਰੀਜ਼ ਦੱਸਿਆ ਹੀ ਨਹੀਂ ਕਿਸੇ ਨੇ ਵੀ ਮੇਰੀ ਆਹ ਸੇਵਾ ਹੋਈ। ਤੁਸੀਂ ਇੱਕ ਬੈੱਡ ਦਿਖਾ ਕੇ ਅੱਜ ਕੱਲ੍ਹ ਅਜੇ ਲਾਏ ਨੇ, ਅੱਜ ਤੁਸੀਂ ਪੈਸੇ ਮੰਗਣ ਲੱਗ ਪਏ ਹੋ, ਅਤੇ ਉਹਦੇ ਲਈ ਵੀ ਪਤਾ ਨਹੀਂ 12 ਕਰੋੜ 'ਤੇ ਇਕੱਲਾ ਅਮਤਾਜ ਦੇ ਚੁੱਕਾ, ਅਤੇ ਕਿੰਨਿਆਂ ਘਰਾਣਿਆਂ ਨੂੰ ਤੁਸੀਂ ਠੱਗਿਆ, ਅਤੇ ਅਜੇ ਉਹ ਲੋਕਾਂ ਦੇ ਅੱਗੇ ਝੋਲੀ ਵਿਛਾ ਕੇ ਬੈਠ ਗਏ, ਉਹਦਾ 'ਤੇ ਕੀ ਮਾਜਰਾ ਹੈ? ਇਹ ਧਰੋਹ ਆ ਸਾਡੀ ਕੌਮ ਦੇ ਨਾਲ, ਅਤੇ ਧਰੋਹ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਮੁੰਡਾ। ਅਤੇ ਜੋ ਨਵੀਂ ਸਿੱਟ ਬਣੀ ਆ, ਜੋ ਗ੍ਰਿਫਤਾਰ ਹੋਏ ਨੇ, ਅਤੇ ਜੋ ਸਬੂਤਾਂ ਦੀ ਗੱਲ ਆ, ਇਹ ਤਿੰਨਾਂ ਨੂੰ ਅਸੀਂ ਇੱਕ ਗੱਲ ਕਰਕੇ ਜਾਣੀਏ, ਅਤੇ ਤੁਹਾਡਾ ਸਿੱਖ ਕੌਮ ਨੂੰ ਕੀ ਮੈਸੇਜ ਹੈ? ਮੈਂ ਸਿੱਖ ਕੌਮ ਨੂੰ ਤਾਂ
ਇਹਦਾ ਮੈਸੇਜ ਨਹੀਂ ਦੇ ਸਕਦਾ ਕਿ ਉਹ ਤਾਂ ਦੇਖ ਰਹੇ ਨੇ ਵੀ ਅਸੀਂ ਸਾਡੇ ਨਾਲ ਹੋ ਕੀ ਰਿਹਾ, ਲਗਾਤਾਰ ਛਲਾਵੇ ਹੋ ਰਹੇ ਨੇ, ਧੋਖੇ ਹੋ ਰਹੇ ਨੇ। ਮੈਂ ਤਾਂ ਇੱਕ ਸਰਕਾਰ ਨੂੰ ਇਹ ਅਪੀਲ ਕਰੂੰਗਾ ਕਿ ਜੇ ਤੁਹਾਡੇ 'ਚ ਅਜੇ ਵੀ ਤੁਸੀਂ ਮੈਨੂੰ ਇਹ ਲੱਗਦਾ ਕਿ 6 ਸਾਲ ਦਾ ਤੁਸੀਂ ਜਿਹੜਾ ਕਿਸੇ ਨੂੰ ਰੈਸਟ ਨਹੀਂ ਕੀਤਾ ਅਤੇ ਅੱਜ 1 ਦਿਨ 'ਚ 6 ਬੰਦੇ ਰੈਸਟ ਕਰ ਰਹੇ ਨੇ, ਅਤੇ ਤੁਸੀਂ 6 ਦਿਨ 'ਚ ਇਸ ਕੇਸ ਨੂੰ ਨੰਗਾ ਕਰ ਸਕਦੇ ਹੋ, ਤੁਸੀਂ 6 ਮਹੀਨਿਆਂ 'ਚ ਕਾਤਲਾਂ ਨੂੰ ਅੰਦਰ ਭਜਵਾ ਸਕਦੇ ਹੋ, ਸਮਰੱਥਾ ਹੈ, ਸਰਕਾਰ ਆ ਵੀ ਜੇ ਤੁਸੀਂ ਇਹ ਸਮਰੱਥਾ ਤੁਹਾਡੇ ਕੋਲ ਹੈਗੀ ਆ, ਪਰਮਾਤਮਾ ਨੇ ਤੁਹਾਨੂੰ ਤਾਕਤ ਦਿੱਤੀ ਆ, ਅਤੇ ਸਾਡੀ ਜਿਹੜੀ ਸਟੇਟ ਦੇ ਮਾਲਕ ਹੋਣ ਕਰਕੇ ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਸਾਡੀ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਸਜ਼ਾ ਦਵਾਓ, ਵੀ ਜੇ ਤੁਸੀਂ ਸਜ਼ਾ ਦਵਾਉਣੀ ਆ ਤਾਂ ਉਸੇ ਕੇਸ ਤੋਂ ਸ਼ੁਰੂ ਕਰੋ ਜਿਹੜਾ ਲਿਬਾਸ ਪਾ ਕੇ ਰਾਮ ਰਹੀਮ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦਾ ਲਿਬਾਸ ਪਾ ਕੇ ਅਪਮਾਨ ਕੀਤਾ ਉਸਨੇ। ਉਸ ਤੋਂ ਬਾਅਦ ਇਹ ਬਰਗਾੜੀ ਜਿੱਥੇ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਚਾਹੀਦੀ, ਜਿੱਥੋਂ ਜਿਹਦੀ FIR ਲਿਖਵਾਈ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਦੇ ਮੈਨੇਜਰ ਦੇ ਪੁੱਤਰ ਨੇ, ਉਸ ਪ੍ਰਬੰਧਕ ਕਮੇਟੀ ਨੂੰ ਚਾਹੀਦੀ ਇਹਦੀ ਕਮਾਂਡ ਸੰਭਾਲਣੀ, ਉਹ ਪਰੂਫ ਖਤਮ ਕਰਨ 'ਚ ਲੱਗੀ ਤਾਂ ਫਿਰ ਕਹਿੰਦੀ ਪਰੂਫ ਦਿਓ। ਤਾਂ ਇਹ ਸਰਕਾਰ ਦਾ ਕੰਮ ਆ, ਇਹਨੂੰ ਨੰਗਾ ਕਰੇ, ਅਤੇ ਉਹ ਇਨਵੈਸਟੀਗੇਸ਼ਨ ਉੱਥੋਂ ਸ਼ੁਰੂ ਹੋਵੇ ਜਿੱਥੋਂ ਹੋਣੀ ਚਾਹੀਦੀ ਹੈ, ਜਿੱਥੇ ਇਹਦਾ ਐਂਡ ਹੁੰਦਾ ਉੱਥੋਂ ਨਹੀਂ। ਇਹ ਸਨ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਇੱਕ ਇੱਕ ਗੱਲ ਸਾਡੇ ਦਰਸ਼ਕਾਂ ਨੂੰ ਦੱਸੀ ਆ ਕਿ ਇਸ ਬਰਗਾੜੀ ਦਾ ਮਾਮਲਾ ਹੋਵੇ ਅਤੇ ਭਾਵੇਂ ਬਾਈਬਲ ਕਲਾ ਦਾ ਹੋਵੇ ਜਾਂ ਫਿਰ ਰਾਮ ਰਹੀਮ ਵੱਲੋਂ ਰਚਿਆ ਸਮਾਂਗ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਾ ਹੋਣਾ ਹੋਵੇ ਅਤੇ ਭਾਵੇਂ 2 ਕਰੋੜ ਅਤੇ ਭਾਵੇਂ 10 ਕਰੋੜ ਅਮਿਤਾਭ ਬੱਚਨ ਦਾ ਸਿੱਖ ਕੌਮ ਨੂੰ ਦੇਣਾ ਹੋਵੇ ਜਾਂ ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਨੂੰ ਦੇਣਾ ਹੋਵੇ। ਸੋ ਬਹੁਤ ਸਾਰੀਆਂ ਗੱਲਾਂ ਸੀ ਜਿਹੜੀ ਉਹਨਾਂ ਨੇ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅਸਲ ਦੇ ਵਿੱਚ ਹਾਲਾਤ ਕੀ ਨੇ, ਸਰਕਾਰ ਦੇ ਕੋਲ ਕਿੰਨੀਆਂ ਪਾਵਰਾਂ ਨੇ, ਕਿੱਡਾ ਵੀ ਵੱਡਾ ਕਤਲ ਹੋਵੇ, ਕਿੱਡੀ ਵੀ ਵੱਡੀ ਬੇਅਦਬੀ ਹੋਵੇ ਅਤੇ ਉਹਨੂੰ 6 ਦਿਨਾਂ ਦੇ ਵਿੱਚ ਜਾਂ ਕੁਛ ਘੰਟਿਆਂ ਦੇ ਵਿੱਚ 6 ਮੁਲਾਜ਼ਮ ਗ੍ਰਿਫਤਾਰ ਕੀਤੇ ਜਾ ਸਕਦੇ ਨੇ, ਤਾਂ ਸਾਰਾ ਕੁਛ ਹੀ ਸਰਕਾਰ ਕਰ ਸਕਦੀ ਆ। ਨੀਤ ਅਤੇ ਨੀਤੀ ਇੱਕ ਹੋਣੀ ਚਾਹੀਦੀ ਹੈ। ਹਰਪ੍ਰੀਤ ਸਿੰਘ ਜਸਵਾਲ, ਪੰਜਾਬ ਕੇਸਰੀ, ਜਗਬਾਣੀ TV, ਚੰਡੀਗੜ੍ਹ।